गैंगस्टर था, मैं नहीं है थे। ओ भाई कौन है तू? मैं बापू गुरनाम का देसा। ओ रौला कादा पैंदा है? पता नहीं बापू, मैं लगता किंतु तो बंदे फड़े गए। मैं तेनू सियाणिया नहीं। ओ भज गया भाई, ओ भज गया, ओ फड़ो फड़ो। ले भाई छोटे परौणे, लोकी सोरी आउंदे आ चावां दे नाल, ते असीं सोरे आए आ पंचायतां नाल। देखो भी जिथे तक मैनू पता है, ये बंदे दो नहीं सी, इन्हां दे नाल एक बंदा होर सी। जे एक होर सी फिर वो गया किथे? ओनू धरती निकल गई जां समान खा गया? ए नहीं मैनू पता। मैं क्या छड्डो जी, ए एक मौका होर दे दिओ इन्हां नू। कादा किसे होर दे घर बड़न दा? देखो ये मैं बंदा हैगा या सूली, गलती भावे अपने दी होवे भावे बगाने दी, गलती तां गलती है ना जी। मैं तां कहना विचोला भी पिछे धर लो, इत्थे करन के आया तां उरे ना। दसो हुण वो की करन आए सी? मैं तां खेतां ਤੋਂ ਤੁਰਿਆ ਸੀ, ਉਹ ਚੌਂਦੇ ਚ ਲੱਗ ਗਈ, ਪਤਾ ਹੀ ਨਹੀਂ ਲੱਗਿਆ ਕਦੋਂ ਇੱਥੇ ਆ ਗਿਆ। ਚਲੋ ਮੰਨਦੇ ਹਾਂ ਬਾਈ, ਤੈਨੂੰ ਤਾਂ ਲੱਗ ਗਈ ਚੌਂਦੀ, ਤੂੰ ਤਾਂ ਵੜ ਗਿਆ ਸਾਡੇ ਘਰ 'ਚ। ਓਏ ਤੈਨੂੰ ਤਾਂ ਕੋਈ ਚੌਂਦੀ ਨਹੀਂ ਸੀ ਲੱਗੀ ਹੋਈ, ਤੈਨੂੰ ਸਾਡੇ ਘਰੇ ਵੜਦਿਆਂ ਨੂੰ ਸ਼ਰਮ ਨਾ ਆਈ? ਆਉਂਦੀ ਹੈ ਜੀ, ਡੁੱਬ ਮਰਨ ਵੀ ਜੀ ਕਰਦਾ ਜੀ। ਇਹਨਾਂ ਦਾ ਕਾਲਾ ਮੂੰਹ ਕਰੋ ਤੇ ਇਹਨਾਂ ਨੂੰ ਗਧੇ ਚੜਾਓ। ਕੱਲਿਆਂ ਦਾ ਕਾਹਨੂੰ, ਮੈਂ ਤਾਂ ਕਹਿੰਦਾ ਵਿਚੋਲੇ ਦਾ ਵੀ ਮੂੰਹ ਕਾਲਾ ਕਰਕੇ ਗਧੇ ਤੇ ਚੜਾਓ। ਮੈਨੂੰ ਕੋ ਗਧੇ ਤੇ ਚੜਾਓ, ਮੇਰੇ ਤਾਂ ਵਿਚੋਲਾ ਥੋੜੀ ਆ, ਰਿਸ਼ਤਾ ਤਾਂ ਮੈਂ ਇਹਨਾਂ ਨੂੰ ਕਰਾਇਆ। ਜੋ ਵੀ ਹੈ ਰਸਤਾ ਤਾਂ ਤੂੰ ਹੀ ਕਰਾਇਆ ਹੈ ਚਾਚਾ, ਜੋ ਮਰਜ਼ੀ ਗੱਲ ਹੈ, ਦੋਸ਼ੀ ਤਾਂ ਤੂੰ ਹੀ ਹੈ, ਤੇਰਾ ਵੀ ਮੂੰਹ ਕਾਲਾ ਹੋਊ। ਭਤੀਜ ਥੋੜਾ ਸੋਚ ਕੇ ਗੱਲ ਕਰਿਆ ਕਰ। ਆਊਤ ਪਤਾ ਨਹੀਂ ਕਿੱਥੋਂ ਆ ਗਏ ਇਹਨਾਂ ਦੇ ਘਰੇ, ਮੇਰੇ ਦੋਹੇ ਜਵਾਈ ਤਾਂ ਗਿੱਲੇ ਗੋਹੇ ਤੇ ਪੈਰ ਨਹੀਂ ਧਰਦੇ। ਇਹਨਾਂ ਨੂੰ ਕੀ ਪਤਾ ਹੈ ਇਸ ਗਰੋਹ ਦਾ ਸਰਦਾਰ ਇਹਨਾਂ ਦਾ ਜਵਾਈ ਹੈ। ਹਾਸੀ ਨਾ ਕਢਾ ਚਾਚਾ, ਫੇਰ ਕੁੱਟਣਗੇ। मैं माफी मंगदा जी सारी पंचायत तो, असी बहुत शर्मिंदे हां सरदार जी। हुण मैं की दसा, जग्गा चक्या अपना ही ढिड नंगा हुंदा है। चुप जी भली है गुड़मा, पर अज तो बाद ए बंदे मैनू तेरे घर च नहीं दिसने चाहिए। नहीं दिसते जी। ਹੋਲੀ ਪਤੰਦਰਾ ਹੋਲੀ, ਜਿਹਨੇ ਕਦੇ ਕੁੱਤੇ ਤੇ ਡੰਡਾ ਨਹੀਂ ਮਾਰਿਆ ਉਹਦੇ ਵੀ ਭਜਾ ਭਜਾ ਕੇ ਕੁੱਟਿਆ। ਯਾਰ ਮੈਂ ਤੁਹਾਡਾ ਦਿਨ ਸਾਰੀ ਉਮਰ ਨਹੀਂ ਦੇ ਸਕਦਾ ਯਾਰ, ਤੁਸੀਂ ਮੇਰੀ ਇੱਜ਼ਤ ਰੱਖ ਲਈ, ਮੇਰਾ ਨਾਂ ਨਹੀਂ ਲਿਆ। ਉਹ ਤੂੰ ਤਾਂ ਸ਼ੁਕਰ ਕਰ ਭਰਾਵਾ, ਲੋਕੇ ਜਨਮ ਬਚਾ ਲਈ, ਸਾਡੀ ਤਾਂ ਕੁੱਟ ਕੁੱਟ ਪਤੰਦਰਾਂ ਨੇ ਬੰਬਲੀ ਬੁਲਾਤੀ, ਉਲਟਾ ਬਦਨਾਮੀ ਹੋਈ ਜਿਹੜੀ ਵੱਖ, ਅਸੀਂ ਤਾਂ ਕਿਸੇ ਨੂੰ ਪਿੰਡ 'ਚ ਮੂੰਹ ਦਿਖਾਉਣ ਜੋਗੇ ਵੀ ਨਹੀਂ ਰਹੇ। ਤੂੰ ਤਾਂ ਫਿਕਰ ਨਾ ਕਰ ਯਾਰ, ਤੂੰ ਐਂ ਦੱਸ ਮੈਂ ਕੀ ਕਰ ਸਕਦਾ ਯਾਰ ਤੇਰੇ ਲਈ? ਤੂੰ ਤਾਂ ਬਸ ਰੱਬ ਅੱਗੇ ਅਰਦਾਸ ਹੀ ਕਰਦੇ ਵੀ ਇਹਨਾਂ ਦੀ ਸੱਟਾਂ ਛੇਤੀ ਠੀਕ ਹੋ ਜਾਣ। ਪੁੱਤ ਜੇ ਅਸੀਂ ਬੇਹੋਸ਼ ਹੋਣ ਦਾ ਨਾਟਕ ਨਾ ਕਰਦੇ, ਅਗਲੇ ਨੇ ਕੁੱਟ ਕੁੱਟ ਕੇ ਪੁੜੇ ਭਟੂਰੇ ਵਰਗੇ ਕਰਦੇ ਨਹੀਂ ਸੀਗੇ? ਤੇਰੇ ਤਾਂ ਚਾਚਾ ਤਕਰੀਬਨ ਹੋ ਹੀ ਗਏ ਮੈਨੂੰ ਲੱਗਦਾ ਭਟੂਰਿਆਂ ਵਰਗੇ। ਉੱਠ ਜਾ ਜੀ, ਰੋਟੀ ਖਾ ਲੈ। ਖਾ ਲਓ ਰੋਟੀ, ਜਿਹੜਾ ਕੁਛ ਹੋਣਾ ਸੀ ਹੋ ਗਿਆ, ਲੈ ਫੜ ਰੋਟੀ ਖਾ ਲੈ। ਕਿੱਥੇ ਲੰਘਦਾ ਕੁਛ ਕਿਰਦਾਰ ਕਰੇ, ਮੈਂ ਸੋਚਦਾ ਚੁੱਪ ਚੁਪੀਤੇ ਚਿੰਦੇ ਦਾ ਮੁਕਲਾਵਾ ਲੈ ਆਈਏ, ਕੋਈ ਹੋਰ ਹੀ ਭਾਨੀ ਨਾ ਮਾਰਦਾ।
ना मैं भी सोचती हाँ